ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਮੇਰੇ ਕੋਲ ਇੰਸਟਾਗ੍ਰam ਤੇ ਕਾਫੀ ਬੱਚੇ ਇਹ ਸਵਾਲ ਪੁੱਛ ਰਹੇ ਨੇ ਕਿ ਸਰ ਜਿਹੜੇ ਕਨਸਟੇਬਲ ਦੇ ਐਗਜ਼ਾਮ ਦੇ ਰਿਗਾਰਡਿੰਗ ਡਾਕੂਮੈਂਟ ਵੈਰੀਫਿਕੇਸ਼ਨ OVC ਕੀ ਉਹ ਰੱਦ ਕਰ ਦਿੱਤੀ ਗਈ ਹੈ ਤੇ ਹੁਣ ਰੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਦਰਅਸਲ ਰੀਜ਼ਨ ਇਹ ਹੈ ਕਿ ਕੁਝ ਬੱਚਿਆਂ ਕੋਲੇ ਮੇਲ ਜਾ ਰਹੇ ਨੇ ਤੇ ਮੇਲ ਵਿੱਚ ਕੀ ਲਿਖਿਆ ਕੀ ਹੋਇਆ ਹੈ ਕਿ this is information you that you are requested to present document reverification stage टू फाइनल सिलेक्शन प्रोसेस एंड बिलो द मेंशन एड्रेस ਹੁਣ ਇਹ ਜਿਹੜਾ ਮੇਲ ਉਹਨਾਂ ਕੈਂਡੀਡੇਟਸ ਨੂੰ ਜਾ ਰਿਹਾ ਹੈ ਜਿਨ੍ਹਾਂ ਦੇ ਕੋਈ ਪ੍ਰੂਫ ਸੀ ਮਤਲਬ ਕੋਈ ਡਾਕੂਮੈਂਟ ਸੀ ਉਹ ਸਹੀ ਨਹੀਂ ਸੀ ਮਤਲਬ ਜਿੰਨੇ ਜਿੰਨੇ ਕੈਂਡੀਡੇਟਸ ਕੋਲ ਇਹ ਮੇਲ ਆ ਰਿਹਾ ਹੈ ਉਹਨਾਂ ਨੂੰ ਰੀ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਕੇ ਆਣੇ ਹੋਣਗੇ ਸਾਰੇ ਆਪਣੇ ਡਾਕੂਮੈਂਟ ਪੱਕੇ ਕਰਕੇ ਕੰਪਲੀਟ ਕਰਕੇ ਲੈ ਕੇ ਜਾਣੇ ਨੇ 28 2 2020 ਨੂੰ ਮੰਡੇ ਨੂੰ ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ ਇਹਦਾ ਇਹ ਨਿਤੀ ਨੀਚੇ ਪਲੇਸ ਐਂਡ ਨੇ ਮੈਂਸ਼ਨ ਕੀਤਾ ਹੋਇਆ ਹੈ। ਉਹ ਦੋਸਤੋ ਇਸ ਤੋਂ ਇਲਾਵਾ ਮੈਂ ਚੰਡੀਗੜ੍ਹ ਪੁਲਿਸ ਰਿਕਰੂਟਮੈਂਟ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਐਗਜ਼ਾਮ ਦੀ ਤਿਆਰੀਆਂ ਨੇ ਸਿਲੇਬਸ ਬਾਰੇ ਪੂਰੀ ਇਨਫੋਰਮੇਸ਼ਨ ਆਪਣੇ ਚੈਨਲ ਦੇ ਤੁਹਾਨੂੰ ਦੇ ਦਿੱਤੀ ਹੈ। ਜੇ ਤੁਸੀਂ ਸਾਡਾ ਟੈਲੀਗ੍ਰam ਚੈਨਲ ਨਹੀਂ ਜੁਆਇਨ ਕੀਤਾ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਟੈਲੀਗ੍ਰam ਲਿੰਕ ਹੈ ਜਿਸse ਚੰਡੀਗੜ੍ਹ ਪੁਲਿਸ ਰਿਕਰੂਟਮੈਂਟ ਬਾਰੇ ਵੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹੇਗੀ। ਐਂਡ ਜੇ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਪਲੀਜ਼ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ।